ਗਰਮੀਆਂ ਦਾ ਸਮਾਂ ਹੈ, ਨੌਜਵਾਨ ਦਰਿਆਵਾਂ 'ਚ ਨਹਿਰਾਂ ਦੇ ਵਿੱਚ ਨਹਾ ਰਹੇ ਨੇ। ਕੀਰਤਪੁਰ ਸਾਹਿਬ ਵੀ ਦੋ ਨੌਜਵਾਨ ਨਹਾਉਣ ਗਏ ਸੀ, ਉਹਨਾਂ ਦੇ ਵਿੱਚੋਂ ਇੱਕ ਮੁੜਿਆ ਅਤੇ ਇੱਕ ਦੀ ਮੌਤ ਹੋ ਗਈ। ਦੱਸਦੇ ਹਾਂ ਕਿ ਦੋ ਨੌਜਵਾਨ ਕੀਰਤਪੁਰ ਸਾਹਿਬ ਨੇੜੇ ਇੱਕ ਨਹਿਰ ਦੇ ਵਿੱਚ ਨਹਾ ਰਹੇ ਹੁੰਦੇ ਨੇ। ਉਹਨਾਂ ਨੂੰ ਕੰਮ ਤੋਂ ਜਲਦੀ ਛੁੱਟੀ ਮਿਲ ਜਾਂਦੀ ਹੈ, ਜਿਸ ਕਰਕੇ ਉਹ ਗਰਮੀ ਨੂੰ ਦੂਰ ਕਰਨ ਦੇ ਲਈ ਨਹਿਰ 'ਚ ਨਹਾਉਣ ਦਾ ਡਿਸੀਜ਼ਨ ਲੈਂਦੇ ਨੇ। ਦੋਨੇ ਜਣੇ ਜਾਂਦੇ ਨੇ, ਨਹਾ ਰਹੇ ਹੁੰਦੇ ਨੇ। ਅਚਾਨਕ ਦੋਹਾਂ ਦੇ ਵਿੱਚੋਂ ਇੱਕ ਦਾ ਪੈਰ ਤਿਲਕਦਾ ਹੈ, ਇੱਕ ਦੂਜੇ ਨੂੰ ਫੜਦੇ ਹੋਏ ਉਹ ਦੋਨੇ ਹੀ ਡੁੱਬ ਜਾਂਦੇ ਨੇ। ਇੱਕ ਨੂੰ ਬਚਾ ਲਿਆ ਗਿਆ ਅਤੇ ਦੂਜੇ ਦੀ ਮੌਤ ਹੋ ਗਈ ਹੈ। ਤਾਂ ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ, ਅਤੇ ਇਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ। ਅਕਸਰ ਪਾਣੀ ਦੇ ਤੇਜ਼ ਵਹਾਅ, ਡੂੰਘੇ ਪਾਣੀ ਕਰਕੇ ਡੁੱਬਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੁਝ ਸਮੇਂ ਪਹਿਲਾਂ ਰਾਹਤ ਲੈਣ ਲਈ ਲੋਕ ਪਾਣੀ ਦੇ ਵਿੱਚ ਉਤਰ ਜਾਂਦੇ ਨੇ, ਪਰ ਸਾਵਧਾਨੀ ਨਾ ਵਰਤਣ ਕਰਕੇ ਆਪਣੀ ਜਾਨ ਤੋਂ ਉਹ ਹੱਥ ਗਵਾ ਲੈਂਦੇ ਨੇ। ਤਾਜ਼ਾ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਰੂਪਨਗਰ ਤੋਂ ਕੁਝ ਨੌਜਵਾਨ ਆਪਣੇ ਕੰਮ ਤੋਂ ਛੁੱਟੀ ਹੋਣ ਕਰਕੇ ਨਹਾਉਣ ਲਈ ਆਏ ਸੀ, ਪਰੰਤੂ ਪਾਣੀ ਤੇਜ਼ ਦੇ ਵਹਾਅ ਕਰਕੇ ਨਾ ਦੋਨਾਂ ਦੇ ਵਿੱਚੋਂ ਇੱਕ ਬਹਿ ਗਿਆ ਅਤੇ ਇੱਕ ਨੂੰ ਬਚਾ ਲਿਆ ਗਿਆ। ਆਓ ਪੁਲਿਸ ਤੋਂ ਜਾਣਕਾਰੀ ਲੈਂਦੇ ਹਾਂ ਕਿ ਨੌਜਵਾਨ ਕੌਣ ਸਨ, ਕਿੱਥੋਂ ਆਏ ਸਨ ਅਤੇ ਡੁੱਬੇ ਕਿਵੇਂ। ਕਿ ਲੋਹਣ ਖਾਡੇ 'ਚ ਦੋ ਵਿਅਕਤੀ ਨਹਾਉਂਦੇ ਸਨ, ਡੁੱਬ ਗਏ, ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ, ਇੱਕ ਡੁੱਬ ਗਿਆ, ਜਿਹੜਾ ਬਾਹਰ ਕੱਢਿਆ ਉਹਨੂੰ ਹੋਸਪਿਟਲ ਲੈ ਗਏ ਆ, ਕਿ ਬਾਕੀ ਹੁਣ ਪੜਤਾਲ ਜਾ ਰਹੀ ਹੈ। ਅਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਅਤੇ ਇੱਥੇ ਨਾ ਨਹਾਇਆ ਕਰੇ। ਗਰਮੀਆਂ ਦਾ ਸਮਾਂ ਹੈ, ਨੌਜਵਾਨ ਦਰਿਆਵਾਂ 'ਚ ਨਹਿਰਾਂ ਦੇ ਵਿੱਚ ਨਹਾ ਰਹੇ ਨੇ। ਕੀਰਤਪੁਰ ਸਾਹਿਬ ਵੀ ਦੋ ਨੌਜਵਾਨ ਨਹਾਉਣ ਗਏ ਸੀ, ਉਹਨਾਂ ਦੇ ਵਿੱਚੋਂ ਇੱਕ ਮੁੜਿਆ ਅਤੇ ਇੱਕ ਦੀ ਮੌਤ ਹੋ ਗਈ। ਦੱਸਦੇ ਹਾਂ ਕਿ ਦੋ ਨੌਜਵਾਨ ਕੀਰਤਪੁਰ ਸਾਹਿਬ ਨੇੜੇ ਇੱਕ ਨਹਿਰ ਦੇ ਵਿੱਚ ਨਹਾ ਰਹੇ ਹੁੰਦੇ ਨੇ। ਉਹਨਾਂ ਨੂੰ ਕੰਮ ਤੋਂ ਜਲਦੀ ਛੁੱਟੀ ਮਿਲ ਜਾਂਦੀ ਹੈ, ਜਿਸ ਕਰਕੇ ਉਹ ਗਰਮੀ ਨੂੰ ਦੂਰ ਕਰਨ ਦੇ ਲਈ ਨਹਿਰ 'ਚ ਨਹਾਉਣ ਦਾ ਡਿਸੀਜ਼ਨ ਲੈਂਦੇ ਨੇ। ਦੋਨੇ ਜਣੇ ਜਾਂਦੇ ਨੇ, ਨਹਾ ਰਹੇ ਹੁੰਦੇ ਨੇ। ਅਚਾਨਕ ਦੋਹਾਂ ਦੇ ਵਿੱਚੋਂ ਇੱਕ ਦਾ ਪੈਰ ਤਿਲਕਦਾ ਹੈ, ਇੱਕ ਦੂਜੇ ਨੂੰ ਫੜਦੇ ਹੋਏ ਉਹ ਦੋਨੇ ਹੀ ਡੁੱਬ ਜਾਂਦੇ ਨੇ। ਇੱਕ ਨੂੰ ਬਚਾ ਲਿਆ ਗਿਆ ਅਤੇ ਦੂਜੇ ਦੀ ਮੌਤ ਹੋ ਗਈ ਹੈ। ਤਾਂ ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ, ਅਤੇ ਇਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ। ਅਕਸਰ ਪਾਣੀ ਦੇ ਤੇਜ਼ ਵਹਾਅ, ਡੂੰਘੇ ਪਾਣੀ ਕਰਕੇ ਡੁੱਬਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੁਝ ਸਮੇਂ ਪਹਿਲਾਂ ਰਾਹਤ ਲੈਣ ਲਈ ਲੋਕ ਪਾਣੀ ਦੇ ਵਿੱਚ ਉਤਰ ਜਾਂਦੇ ਨੇ, ਪਰ ਸਾਵਧਾਨੀ ਨਾ ਵਰਤਣ ਕਰਕੇ ਆਪਣੀ ਜਾਨ ਤੋਂ ਉਹ ਹੱਥ ਗਵਾ ਲੈਂਦੇ ਨੇ। ਤਾਜ਼ਾ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਰੂਪਨਗਰ ਤੋਂ ਕੁਝ ਨੌਜਵਾਨ ਆਪਣੇ ਕੰਮ ਤੋਂ ਛੁੱਟੀ ਹੋਣ ਕਰਕੇ ਨਹਾਉਣ ਲਈ ਆਏ ਸੀ, ਪਰੰਤੂ ਪਾਣੀ ਤੇਜ਼ ਦੇ ਵਹਾਅ ਕਰਕੇ ਨਾ ਦੋਨਾਂ ਦੇ ਵਿੱਚੋਂ ਇੱਕ ਬਹਿ ਗਿਆ ਅਤੇ ਇੱਕ ਨੂੰ ਬਚਾ ਲਿਆ ਗਿਆ। ਆਓ ਪੁਲਿਸ ਤੋਂ ਜਾਣਕਾਰੀ ਲੈਂਦੇ ਹਾਂ ਕਿ ਨੌਜਵਾਨ ਕੌਣ ਸਨ, ਕਿੱਥੋਂ ਆਏ ਸਨ ਅਤੇ ਡੁੱਬੇ ਕਿਵੇਂ। ਕਿ ਲੋਹਣ ਖਾਡੇ 'ਚ ਦੋ ਵਿਅਕਤੀ ਨਹਾਉਂਦੇ ਸਨ, ਡੁੱਬ ਗਏ, ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ, ਇੱਕ ਡੁੱਬ ਗਿਆ, ਜਿਹੜਾ ਬਾਹਰ ਕੱਢਿਆ ਉਹਨੂੰ ਹੋਸਪਿਟਲ ਲੈ ਗਏ ਆ, ਕਿ ਬਾਕੀ ਹੁਣ ਪੜਤਾਲ ਜਾ ਰਹੀ ਹੈ। ਅਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਅਤੇ ਇੱਥੇ ਨਾ ਨਹਾਇਆ ਕਰੇ।